ਤੁਸੀਂ ਦੇ ਰਹੇ ਨਿਊਜ਼ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨੀ ਸੰਘਰਸ਼ ਚੱਲਿਆ ਉਹਨਾਂ ਵੱਲੋਂ ਜਿਹੜਾ ਹੁਣ ਜਿਹੜਾ ਸੰਯੁਕਤ ਸਮਾਜ ਮੋਰਚਾ ਜਿਹੜੀ ਆ ਪਾਰਟੀ ਉਹ ਤਿਆਰ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਲੜੀਆਂ ਜਾ ਰਹੀਆਂ ਤੇ ਅੱਜ ਸੰਯੁਕਤ ਸਮਾਜ ਮੋਰਚਾ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਜਿਹੜਾ ਉਹ ਚੋਣ ਨਿਸ਼ਾਨ ਆ ਜਿਹੜਾ ਉਹ ਦਿੱਤਾ ਗਿਆ ਤੇ ਉਹ ਅੱਜ ਹਲਕਾ ਛੁਤਰਾਣਾ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਉਮੀਦਵਾਰ ਆ ਅਮਰਜੀਤ ਸਿੰਘ ਦੀ ਜਿਹੜੀ ਮੇਜਰ ਡਿਵੈਲਪਮੈਂਟ ਇਹ ਹੈਗੀ ਹੈ ਬਈ ਸਾਡੀ ਪਾਰਟੀ ਨੂੰ ਸੰਯੁਕਤ ਸਮਾਜ ਮੋਰਚੇ ਦੇ 95% ਜਿਹੜੇ 95% ਸਾਡੇ ਯਾਨੀ ਕਿ 115 ਦੇ ਕਰੀਬ ਕੈਂਡੀਡੇਟਸ ਨੂੰ ਚਾਰਪਾਈ ਮੰਜਾ ਜਿਹਨੂੰ ਕਹਿੰਦੇ ਨੇ ਆਪਣੇ ਪੰਜਾਬੀ ਦੇ ਵਿੱਚ ਉਹ ਚੋਣ ਨਿਸ਼ਾਨ ਮਿਲਿਆ ਕਿਉਂਕਿ ਇਹ ਸਾਡੀ ਪਹਿਲੀ ਪ੍ਰੈਫਰੈਂਸ ਸੀ ਜਿਹੜੀਆਂ ਅਸੀਂ 3 ਪ੍ਰੈਫਰੈਂਸ ਮਿਲੀਆਂ ਸੀਗੀਆਂ ਅਤੇ ਸੀਰੀਅਲ ਨੰਬਰ ਸਾਡਾ 7 ਹੈ ਜੀ ਬੈਲਟ ਦੇ ਬੈਲਟ ਪੇਪਰ ਦੇ ਹਿਸਾਬ ਨਾਲ ਇਹ ਤੁਹਾਨੂੰ ਜਾਣਕਾਰੀ ਦੇਣਾ ਜੀ ਕੀ ਅਗਲੇ ਤੁਹਾਡੇ ਮੁੱਦੇ ਕੀ ਰਹਿਣਗੇ ਕੀ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਹਲਕਾ ਛੁਤਰਾਣਾ ਵਾਸਤੇ ਹਲਕਾ ਛੁਤਰਾਣਾ ਲਈ ਜੀ ਸਾਡੇ ਮੁੱਦੇ ਨੇ ਐਜੂਕੇਸ਼ਨ ਸਾਡੇ ਮੁੱਦੇ ਨੇ ਹੈਲਥ ਘੱਗਰ ਦੀ ਸਮੱਸਿਆ ਅਤੇ ਜਿਹੜੇ ਜਿੰਨੇ ਵੀ ਸਕੂਲ ਨੇ ਕਾਲਜਸ ਨੇ ਉਹਦੇ ਵਿੱਚ ਵਧੀਆ ਟੀਚਰ ਨੇ ਜਿਹੜੇ ਜਾਂ ਟੀਚਰਾਂ ਦੀ ਟ੍ਰੇਨਿੰਗ ਦਾ ਹੈਗਾ ਉਹ ਵਧੀਆ ਪੜ੍ਹਾਈ ਦੇ ਪੱਧਰ ਨੂੰ ਜੋ ਵੀ ਉੱਪਰ ਚੁੱਕਣ ਲਈ ਸਾਨੂੰ ਕਰਨਾ ਪਵੇ ਉਹ ਅਸੀਂ ਕਰਾਂਗੇ ਜ਼ਿਲ੍ਹਾ ਬਣਾਉਣਾ ਸਭ ਤੋਂ ਵੱਡਾ ਜਿਹੜਾ ਸਾਡਾ ਮੁੱਦਾ ਹੈਗਾ ਉਹ ਹੈ ਵੀ ਪਾਤੜਾਂ ਨੂੰ ਜ਼ਿਲ੍ਹਾ ਬਣਾਉਣਾ ਹੈਗਾ ਪਾਤੜਾਂ ਨੂੰ ਜ਼ਿਲ੍ਹਾ ਬਣਾਉਣ ਨਾਲ ਸਾਡੇ ਇਲਾਕੇ ਨੂੰ ਬਹੁਤ ਫਾਇਦੇ ਹੋਣਗੇ ਜਿੱਦਾਂ ਸਾਡੀ ਖੱਜਲ ਖੁਆਰੀ ਹੁੰਦੀ ਹੈਗੀ ਹੈ ਚਾਹੇ ਉਹ ਐਜੂਕੇਸ਼ਨ ਦੇ ਮਾਮਲੇ 'ਚ ਹੋਵੇ ਚਾਹੇ ਸਾਡੇ ਜਿਹੜਾ ਹੈਲਥ ਦੇ ਇਸ਼ੂ 'ਤੇ ਹੋਵੇ ਸਾਨੂੰ ਜਾਂ ਤਹਿਸੀਲਾਂ ਦੇ ਵਿੱਚ ਕੰਮ ਹੋਵੇ ਸਾਨੂੰ ਜ਼ਿਲ੍ਹੇ ਦੇ ਲੈਵਲ 'ਤੇ ਕੰਮ ਹੋਵੇ ਡਿਸਟ੍ਰਿਕਟ ਕੋਰਟ ਦੇ ਲੈਵਲ 'ਤੇ ਕੰਮ ਹੋਵੇ ਅਤੇ ਸਾਨੂੰ ਸਾਡੇ ਇੱਥੇ ਜਿਹੜਾ ਏਰੀਆ ਹੈ ਕੋਈ 100-100 ਕਿਲੋਮੀਟਰ ਤੋਂ ਜਿਹੜੀ ਸਾਡੇ ਲੋਕੀ ਨੇ ਉਹਨਾਂ ਨੂੰ ਪਟਿਆਲੇ ਜਾਣਾ ਪੈਂਦਾ ਹੈ ਅਤੇ ਵੈਸੇ ਵੀ ਇਹ ਰੈਵਨਿਊ ਐਂਗਲ ਤੋਂ ਵੀ ਇਹ ਪਾਤੜਾਂ ਜ਼ਿਲ੍ਹਾ ਬਣਨ ਦੇ ਕਾਬਲ ਹੈ ਇਹ ਤਾਂ ਜੀ ਇਹਦਾ ਤਾਂ ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਹੋ ਪਰ ਮੈਨੂੰ ਇਹ ਲੱਗਦਾ ਹੈਗਾ ਜੇ ਮੇਰੀ ਅਸੈਸਮੈਂਟ ਹੈ ਬਈ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਜਿੱਥੇ ਵੀ ਅਸੀਂ ਜਾਂਦੇ ਹਾਂ ਅੱਜ ਮੈਂ ਉਸਮਾਨਪੁਰ ਗਿਆ ਹੈਗਾ ਅੱਜ ਮੈਂ ਰਤਨਹਿੜੀ ਗਿਆ ਹੈਗਾ ਧਨੇਠੇ ਗਿਆ ਸਵੇਰੇ ਪਿੰਡਾਂ ਦੇ 4 ਪਿੰਡਾਂ ਦਾ ਮੈਂ ਦੌਰਾ ਕਰਕੇ ਆਇਆ ਇੰਨੀ ਜ਼ਿਆਦਾ ਇਨਥੂਜ਼ਮ ਹੈਗੀ ਹੈ ਅਤੇ ਉਹ ਉਹਨਾਂ ਨੇ ਇਹ ਕਹਿ ਰਹੇ ਨੇ ਬਈ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਅਸੀਂ ਤਾਂ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਬਣੀਆਂ ਤੁਹਾਡਾ ਸਾਥ ਦੇ ਰਹੀਆਂ ਬਿਲਕੁਲ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਨਾਲ ਤਾਲੁਕ ਰੱਖਦੀਆਂ ਨੇ ਤੁਹਾਡਾ ਮਤਲਬ ਜਿਹੜਾ ਮਕਸਦ ਕਹਿਣ ਦਾ ਪੁੱਛਣ ਦਾ ਮਕਸਦ ਹੈ ਵੀ ਉਗਰਾਹਾਂ ਸਾਹਿਬ ਪਰ ਜੇ ਉਗਰਾਹਾਂ ਸਾਹਿਬ ਸਾਨੂੰ ਡਾਇਰੈਕਟਲੀ ਸਪੋਰਟ ਨਹੀਂ ਕਰ ਰਹੇ ਪਰ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਵੀ ਇਹ ਤੁਸੀਂ ਆਪਣੀ ਵੋਟ ਕਿਸਾਨਾਂ ਨੂੰ ਨਾ ਪਾਓ ਉਹਨਾਂ ਨੇ ਕਿਹਾ ਤੁਸੀਂ ਵੋਟ ਪਾਓ ਅਤੇ ਸਾਰੇ ਕਿਸਾਨ ਨੇ ਜਿਹੜੇ ਉਹ ਵੋਟਾਂ ਆਪਣਾ ਸਾਨੂੰ ਸਪੋਰਟ ਕਰ ਰਹੇ ਨੇ ਸਾਰੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦੇ ਪੈਰਾਂ ਦੇ ਹੱਥਲੋਂ ਜ਼ਮੀਨ ਨਿਕਲ ਗਈ ਹੈ ਇਹਨਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਸਿਰਫ ਆਪਣੇ ਚਹੇਤਿਆਂ ਦੇ ਆਪਣੇ ਚਮਚਿਆਂ ਦੇ ਘਰੇ ਜਾ ਕੇ ਇਹ ਕਾਨਫਰੰਸਾਂ ਕਰ ਰਹੇ ਨੇ ਅਸੀਂ 7 ਦੇ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਮਿਲ ਰਿਹਾ ਪਿਆਰ ਮਿਲ ਰਿਹਾ ਅਤੇ ਇਕੱਲੇ ਇਕੱਲੇ ਜਿਹੜੇ ਵੀ ਸਾਡੇ ਸਹਿਯੋਗੀ ਹੁੰਦੇ ਨੇ ਜਦੋਂ ਜਾਂਦੇ ਨੇ ਕੋਈ ਸਾਨੂੰ ਚਾਹ ਪਿਲਾ ਰਿਹਾ ਕੋਈ ਆਪਣਾ ਲੱਡੂ ਲੈ ਕੇ ਆ ਰਿਹਾ ਇਹ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਜੀ ਮੈਂ ਸਭ ਤੋਂ ਪਹਿਲੇ ਇਹ ਮੈਂ ਇੱਕ ਤੁਹਾਡੇ ਨਾਲ ਇੱਕ ਤੁਸੀਂ ਫੜੇ ਪ੍ਰੈਸਾ ਇਹ ਇੱਕ ਲੈਟਰ ਹੈਗਾ ਜਿਹੜਾ ਮੈਂ ਸਿਕਿਉਰਿਟੀ ਵਾਪਸ ਕੀਤੀ ਹੈਗੀ ਹੈ ਪੰਜਾਬ ਗਵਰਨਮੈਂਟ ਨੂੰ ਰਿਟਰਨਿੰਗ ਆਫਿਸਰ ਨੂੰ ਮੈਂ ਦੇ ਕੇ ਆਇਆ ਹੈਗਾ ਬਈ ਇਹ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ ਹੈ ਇਹ ਮੇਰੇ ਇਹਦੇ ਵਿੱਚ 2-3 ਪੁਆਇੰਟ ਮੈਂ ਉਠਾਏ ਨੇ ਇੱਕ ਤਾਂ ਇਹ ਹੈ ਮੈਂ ਵੋਟਾਂ ਮੰਗਣ ਆਪਣੇ ਹੀ ਜਿਹੜਾ ਭਰਾਵਾਂ ਕੋਲ ਭੈਣਾਂ ਕੋਲ ਮਾਤਾਵਾਂ ਕੋਲ ਜਾਵਾਂਗਾ ਮੈਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਹੈਗਾ ਦੂਸਰਾ ਜਿਹੜਾ ਮੈਂ ਇਹਦੇ 'ਚ ਪੁਆਇੰਟ ਲਿਆ ਵੀ ਸਾਡਾ ਜਿਹੜਾ ਪੰਜਾਬ ਹੈ ਇਹ ਇਹਨਾਂ ਸਿਆਸਤਦਾਨਾਂ ਦੀ ਰਲੀ ਮਿਲੀ ਭੁਗਤ ਕਰਕੇ ਇਹਨਾਂ ਦੀ ਜਿਹੜੀ ਮਾਫੀਆ ਰਾਜ ਕਰਕੇ ਅਸੀਂ ਆਲਰੇਡੀ ਮੋਰ ਦੈਨ 3 ਲੱਖ ਕਰੋੜ 3 ਲੱਖ ਕਰੋੜ ਦੇ ਕਰਜ਼ੇ 'ਚ ਅਸੀਂ ਦਬੇ ਹੋਏ ਹੈਗੇ ਹਾਂ ਅਤੇ ਦੂਸਰਾ ਇੱਕ ਹੋਰ ਜਿਹੜਾ ਪੁਆਇੰਟ ਹੈਗਾ ਵੀ ਜਿੱਦਾਂ
ਜਿਹੜੇ ਜਦੋਂ ਸਾਰੇ ਜਿਹੜੇ ਸਾਡੇ ਨਾਗਰਿਕ ਨੇ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ, ਮੈਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ, ਨਾ ਕਿ ਜਿਹੜੀ ਪੁਲਿਸ ਹੈਗੀ ਹੈ ਇਹ ਪੋਲੀਟੀਸ਼ੀਅਨਸ ਨੂੰ, ਜਾਂ ਕੋਈ ਬੰਦਾ 15 ਦਿਨ 20 ਦਿਨ ਲਈ ਕੋਈ ਨਾਮਾਂਕਣ ਪੱਤਰ ਭਰਦਾ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਦਾ ਉਹਨੂੰ ਦਿੱਤੀ ਜਾਵੇ। ਅਤੇ ਮੈਂ ਇਹ ਸਿਕਿਉਰਿਟੀ ਹੈਗੀ ਹੈ ਆਪਣੇ ਪੂਰੇ ਜਿਹੜਾ ਸਾਡਾ ਵਰਕਰ ਸੀ ਉਹਨਾਂ ਦੀ ਸਹਿਮਤੀ ਨਾਲ ਮੈਂ ਇਹ ਅੱਜ ਰਿਟਰਨਿੰਗ ਆਫਿਸਰ ਸਾਹਿਬ ਨੂੰ ਵਾਪਸ ਕਰਨ ਦੀ ਬੇਨਤੀ ਕਰਕੇ ਆਇਆ। ਅਤੇ ਉਹਨਾਂ ਨੇ ਪ੍ਰੋਮਿਸ ਵੀ ਕੀਤਾ ਵੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੀ ਅੱਜ ਹੀ ਐਪਲੀਕੇਸ਼ਨ ਭੇਜ ਦੇਵਾਂਗਾ, ਅਤੇ ਪੁਲਿਸ ਡਿਪਾਰਟਮੈਂਟ ਨੂੰ ਮੈਂ ਇਹ ਫਾਰਵਰਡ ਕਰ ਦਿੰਦਾ ਹੈਗਾ। ਅਤੇ ਜਲਦੀ ਹੀ ਉਹ ਆਪਣੇ ਜਿਹੜੇ ਸਾਡੇ ਸਿਕਿਉਰਿਟੀ ਭਰਾ ਨੇ ਉਹਨਾਂ ਨੂੰ ਮੈਂ ਮਾਫ਼ੀ ਮੰਗਾਂਗਾ ਵੀ ਮੈਨੂੰ ਨਹੀਂ ਮਤਲਬ ਇਹ ਕਿਉਂਕਿ ਇਹ ਮੇਰੇ ਮੈਂ ਦਿਲੀ ਤਮੰਨਾ ਹੈਗੀ ਆ ਵੀ ਅਸੀਂ ਇਹਨੂੰ ਵਾਪਸ ਕਰੀਏ, ਕਿਉਂਕਿ ਅਸੀਂ ਲੋਕਾਂ ਦੇ ਵਿੱਚ ਆਪਣੇ ਲੋਕਾਂ ਲਈ ਜਾਣਾ ਹੈ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਨੇ, ਸਾਨੂੰ ਕਿਸੇ ਤੋਂ ਕੋਈ ਖਤਰਾ ਰੱਖਣਾ ਚਾਹੀਦਾ ਸੀਗਾ, ਪਰ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਇੰਨੀ ਜ਼ਿਆਦਾ ਸਿਆਣੀ ਹੈਗੀ ਹੈ। ਰਾਜੇਵਾਲ ਸਾਹਿਬ ਉਹਨਾਂ ਦੇ ਨਾਲ ਸਾਰੇ ਜਿਹੜੇ ਪੰਨੂ ਸਾਹਿਬ ਨੇ, ਸਵਾਏ ਮਾਨ ਸਿੰਘ ਜੀ ਨੇ, ਸਾਰੇ ਬਹੁਤ ਇੰਟੈਲੀਜੈਂਟ ਨੇ, ਬਹੁਤ ਸਿਆਣੇ ਨੇ, ਲੋਕਾਂ ਦੀ ਨਬਜ਼ ਸਮਝਦੇ ਨੇ, ਲੋਕਾਂ ਵਾਲੇ ਕੰਮ ਕਰਨਾ ਚਾਹੁੰਦੇ ਨੇ। ਤਾਂ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਇੱਕ ਸਾਨੂੰ ਸੀਕਰਟ ਇੰਸਟਰਕਸ਼ਨ ਦਿੱਤੀਆਂ ਗਈਆਂ ਵੀ ਇਹ ਇਸ ਤਰ੍ਹਾਂ ਆਪਾਂ ਨੇ ਇਹਨੂੰ ਕਲੋਜ਼ ਕਰਨਾ ਹੈਗਾ। ਤਾਂ ਉਹਦੇ ਵਿੱਚ ਸਾਨੂੰ ਪਹਿਲਾ ਜਿਹੜਾ ਉਹਨਾਂ ਨੇ ਆਦੇਸ਼ ਦਿੱਤਾ ਸੀਗਾ, ਹੁਕਮ ਦਿੱਤਾ ਸੀਗਾ ਵੀ ਤੁਸੀਂ ਚਾਰ ਭਾਈ ਭਰ ਹੀ ਭਰਨਾ ਹੈ, ਤਾਂ ਸਾਨੂੰ ਸਾਰਿਆਂ ਨੂੰ ਕਰੀਬਨ 95-96% ਨੂੰ ਕਰੀਬ ਇਹ ਚੋਣ ਨਿਸ਼ਾਨ ਮਿਲਿਆ ਹੈ। ਜੀ ਮੈਂ ਛਤਰਾਣਾ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਾ ਜੀ ਵੀ ਤੁਸੀਂ ਸਾਰੇ ਹੁਣ ਚਾਰਪਾਈ ਨੂੰ ਆਪਣੇ ਆਪਣੇ ਘਰਾਂ 'ਚ ਨਿਕਲੋ, ਸਾਨੂੰ ਚਾਰਪਾਈ ਤੁਹਾਨੂੰ ਸਾਰਿਆਂ ਨੂੰ ਚਾਰਪਾਈ ਦਾ ਜਿਹਨੂੰ ਮੰਜਾ ਕਿਹਾ ਜਾਂਦਾ ਹੈਗਾ ਉਹ ਸਾਨੂੰ ਚੋਣ ਨਿਸ਼ਾਨ ਮਿਲਿਆ ਹੈਗਾ, ਅਤੇ ਬੈਲਟ ਜਿਹੜੀ ਮਸ਼ੀਨ ਹੈਗਾ ਇਹਦੇ 'ਤੇ ਉਹ 7 ਨੰਬਰ ਮਿਲਿਆ ਹੈ। ਸੇ ਸੱਚ ਹੀ ਸੱਤ ਹੈ, ਸੱਤ ਹੀ ਸੱਚ ਹੈ। ਤਾਂ ਇਹ ਮੈਂ ਇਸ ਜੋ ਨੰਬਰ ਆਇਆ ਇਹ ਕੁਦਰਤੀ ਆਇਆ ਹੈਗਾ, ਇਹਦਾ ਮਤਲਬ ਹੈ ਵੀ ਅਸੀਂ ਨੇ ਸੱਚ ਨਾਲ ਅਸੀਂ ਪਹਿਲਾਂ ਵੀ ਖੜ੍ਹੇ ਸੀ, ਸੱਚ ਨਾਲ ਅੱਜ ਵੀ ਖੜ੍ਹੇ ਹੈ, ਸੱਚ ਨਾਲ ਕੱਲ੍ਹ ਨੂੰ ਵੀ ਖੜਾਂਗੇ। ਧੰਨਵਾਦ ਜੀ। ਰੂਪ 'ਚ ਸਮੁੱਚੇ ਰੂਪ 'ਚ ਮੰਜਾ ਚੋਣ ਨਿਸ਼ਾਨ ਪ੍ਰਾਪਤ ਕੀਤਾ, ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਤੁਸੀਂ ਪਹਿਲਾਂ ਕੁਐਸਚਨ ਕੀਤਾ ਕਿ ਮੋਰਚਾ ਕਿੱਥੇ ਸਟੈਂਡ ਕਰਦਾ, ਪ੍ਰਚਾਰ ਦੇ ਢੰਗ ਤਰੀਕੇ, ਮੈਂ ਇਹ ਕਹਿਣਾ ਪ੍ਰਚਾਰ ਦੇ ਢੰਗ ਤਰੀਕਿਆਂ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਨੇ ਗੰਦਾ ਮਾਲ ਮਹਿੰਗੇ ਭਾਅ ਵੇਚਣਾ ਹੋਵੇ, ਵਾਹ ਜਿਨ੍ਹਾਂ ਨੇ ਸਾਫ਼ ਸੁਥਰੀ ਚੀਜ਼ ਵੇਚਣੀ ਹੈ ਉਹਨਾਂ ਨੂੰ ਪ੍ਰਚਾਰ ਦੇ ਤਰੀਕਿਆਂ ਦੀ ਲੋੜ ਨਹੀਂ ਪੈਂਦੀ। ਕਿਸਾਨਾਂ ਨਾਲ ਜਿਵੇਂ ਮੋਢਾ ਡਾਇਆ ਸੀ, ਜਿਵੇਂ ਸਭ ਜਾਤੀਆਂ ਨੇ ਮੋਢਾ ਡਾਇਆ ਸੀ, ਜਿਵੇਂ ਸਾਰੇ ਧਰਮਾਂ ਨੇ ਮੋਢਾ ਲਾਇਆ ਸੀ, ਉਸ ਤਰ੍ਹਾਂ ਸਮਾਜ ਹੈ ਜਿਹੜਾ ਉਹ ਆਪਦੇ ਆਪ 'ਚ ਇਕੱਠਾ ਹੈ, ਅਤੇ ਸਾਡਾ ਸਭ ਤੋਂ ਵੱਡਾ ਪ੍ਰਚਾਰ ਸਮਾਜ ਹੈ। ਇਸ ਕਰਕੇ ਸਾਨੂੰ ਬਹੁਤ ਤੌਰ ਤਰੀਕਿਆਂ ਦੀ ਲੋੜ ਨਹੀਂ। ਜਿਹੜਾ ਭਾਜਪਾ ਦਾ ਫਿਰਕੂ ਏਜੰਡਾ ਉਹਦੇ ਬਾਰੇ ਕੀ? ਫਿਰਕੂ ਏਜੰਡਾ ਲੋਕਾਂ ਦੇ ਸਾਹਮਣੇ ਆ ਗਿਆ, ਇਹਦੇ ਵਿੱਚ ਕੋਈ ਭਰਮ ਭੁਲੇਖਾ ਨਹੀਂ ਰਿਹਾ। ਭਾਜਪਾ ਦਾ ਫਿਰਕੂ ਏਜੰਡਾ ਲੋਕਾਂ ਨੂੰ ਲੜਾਉਣ ਦਾ, ਅਤੇ ਸਾਡਾ ਏਜੰਡਾ ਲੋਕਾਂ ਨੂੰ ਜੋੜਨ ਦਾ। ਆਹੀ ਤਾਂ ਫਰਕ ਹੈ, ਲੋਕਾਂ ਨੂੰ ਸਮਝ ਆ ਗਈ ਹੈ ਨਾ ਕਿ ਹੁਣ ਅਸੀਂ ਲੜਨਾ ਨਹੀਂ ਹੈ। ਮਤਲਬ ਸਾਨੂੰ ਲੜਾਇਆ ਕਿਉਂ ਜਾਂਦਾ? ਕਿਉਂਕਿ ਉਹਨਾਂ ਨੇ ਸਾਨੂੰ ਕਮਜ਼ੋਰ ਕਰਕੇ ਲੁੱਟਣਾ। ਅਸੀਂ ਸਿਰਫ ਇਹੀ ਸੁਨੇਹਾ ਦੇਣਾ ਵੀ ਨਹੀਂ, ਅਸੀਂ ਇਕੱਠੇ ਰਹਿਣਾ, ਅਸੀਂ ਲੁੱਟ ਰੋਕਣੀ ਹੈ। ਇਹੀ ਸਾਡਾ ਜਿਹੜਾ ਮੁੱਖ ਮੁੱਦਾ ਹੈ, ਇਸੇ ਸਿਧਾਂਤ 'ਤੇ ਮੋਰਚਾ ਕੰਮ ਕਰ ਰਿਹਾ। ਅਕਾਲੀ ਭਾਜਪਾ ਕਾਂਗਰਸ ਨੂੰ ਕਿਵੇਂ ਦੇਖਦੇ? ਮੈਂ ਕਿਹਾ ਜੀ ਅਸੀਂ ਉਹਨਾਂ ਨੂੰ ਕੀ ਦੇਖਣਾ, ਲੋਕਾਂ ਨੇ ਦੇਖ ਲਿਆ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਉਹਨਾਂ ਨੂੰ ਭਾਜਣਾ ਪਈਆਂ ਫਿਰਦੀਆਂ ਨੇ, ਉਹ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਤਿੰਨੇ ਰਲਣ ਨੂੰ ਫਿਰਨਗੇ ਵੀ ਕਿਸੇ ਤਰ੍ਹਾਂ ਮੋਰਚੇ ਦੇ ਖਿਲਾਫ਼ ਅਸੀਂ ਤਿੰਨੇ ਇਹਨਾਂ ਨੂੰ ਹਰਾਉਣ ਲਈ ਜ਼ੋਰ ਲਾਈਏ। ਔਰ ਇੱਕ ਗੱਲ ਦੀ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਮੋਰਚੇ ਦੇ ਖਿਲਾਫ਼ ਇਹਨਾਂ ਲੋਕਾਂ ਵੱਲੋਂ ਛੜਯੰਤਰ ਰਚੇ ਜਾਣਗੇ। ਬਸ ਮੇਰੀ ਸਾਡੇ ਸਮਾਜ ਨੂੰ ਇਹੀ ਅਪੀਲ ਹੈ ਕਿ ਉਹ ਛੜਯੰਤਰ ਤੋਂ ਬਚ ਕੇ ਚੱਲਣਾ। ਇਹ ਛੜਯੰਤਰ ਬਹੁਤ ਰਚਣਗੇ, ਕਿਉਂਕਿ ਜਦੋਂ ਜਨਤਾ ਦੀ ਤਾਕਤ ਆਉਂਦੀ ਹੈ ਉਦੋਂ ਇਹੀ ਹੈ ਤੁਹਾਡੇ ਸਾਹਮਣੇ। ਉਹ ਪਹਿਲਾਂ ਕਿਸਾਨ ਮੋਰਚੇ 'ਚ ਵੀ ਇਹ ਹਾਲ ਸਾਡੇ ਨਾਲ ਹੋਇਆ, ਹੁਣ ਵੀ ਅੱਗੇ ਇਹ ਕੁਛ ਕਰਨਗੇ। ਉਹ ਛੜਯੰਤਰਾਂ ਤੋਂ ਬਚਣ ਦੀ ਲੋੜ ਹੈ। ਸਾਡੀ ਜਿੱਤ ਯਕੀਨੀ ਹੈ, ਲੋਕਾਂ ਨੂੰ ਪਤਾ ਜਿੱਤ ਯਕੀਨੀ ਹੈ, ਉਹਨੂੰ ਰੋਕਣ ਲਈ ਛੜਯੰਤਰ ਰਚੇ ਜਾਣਗੇ ਜੇ ਮੇਰੇ ਵੋਟਰ ਉਹ ਛੜਯੰਤਰਾਂ ਨੂੰ ਪਛਾਣਗੇ। ਔਰ ਉਹ ਛੜਯੰਤਰਾਂ ਨੂੰ ਪਛਾਣਗੇ ਤਾਂ ਸਾਡੀ ਜਿੱਤ ਯਕੀਨੀ ਹੈ, ਲੋਕਾਂ ਦੀ ਸਾਡੀ ਨਹੀਂ ਲੋਕਾਂ ਦੀ ਜਿੱਤ ਯਕੀਨੀ ਹੈ।